ਕਬੱਡੀ ਹਰ ਸਾਲ ਬਹੁਤ ਵਧੀਆ ਹੁੰਦੀ ਹੈ ਇੱਥੇ, ਚਾਹੇ ਉਹ ਟੋਰਾਂਟੋ ਹੋਵੇ ਅਤੇ ਚਾਹੇ ਬੀ ਸੀ ਹੋਵੇ। ਪਰ ਇਸ ਸਾਲ ਉਮੀਦ ਆ ਵੀ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਵਧੀਆ ਕਬੱਡੀ ਹੋਊਗੀ, ਕਿਉਂਕਿ ਇਹਦੇ ਦੋ ਕਾਰਨ ਆ। ਟੀਮਾਂ ਜਿਹੜੀਆਂ ਸਾਰੀਆਂ ਇੱਕੋ ਜਿੱਕੀਆਂ ਬੈਲੈਂਸ ਆ, ਇਹ ਨਹੀਂ ਵੀ ਇੱਕ ਟੀਮ ਦੇ ਵਿੱਚ ਜ਼ਿਆਦਾ ਸਟਾਰ ਪਲੇਅਰ ਆ, ਇੱਕ ਦੇ ਵਿੱਚ ਜ਼ਿਆਦਾ ਮਾੜੇ ਆ। ਸਾਰੀਆਂ ਟੀਮਾਂ ਇੱਕੋ ਜਿੱਕੀਆਂ, ਤਾਂ ਕਰਕੇ ਜਿਹੜੇ ਉਤਸ਼ਾਹ ਆ ਲੋਕਾਂ ਦੇ ਵਿੱਚ, ਇੱਥੋਂ ਦੇ ਲੋਕਾਂ ਦੇ ਵਿੱਚ ਵੀ ਅਤੇ ਜਿਹੜੇ ਇੰਡੀਆ ਦੇ ਵਿੱਚ ਆ ਜੋ ਲਾਈਵ ਦੇਖਦੇ ਹਰ ਰੋਜ਼, ਉਹਨਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਵੀ ਸੰਡੇ ਉਡੀਕਦੇ ਆ ਹਰ ਰੋਜ਼। ਹਾਂਜੀ, ਨਵੇਂ ਮੁੰਡੇ ਬਹੁਤ ਜਾਣੀ ਕਿ ਆਏ ਆ, ਜਿਨ੍ਹਾਂ ਦੇ ਵਿੱਚ ਅਰਸ਼ੂ ਭਲੂਰ ਆਇਆ, ਕਾਲਾ ਧਨੌਲਾ ਆਇਆ, ਬੱਬੂ ਝਨੇੜੀ ਆਇਆ, ਗੁਰਦਿੱਤ ਹਰਿਆਣੇ ਤੋਂ ਲਾਲ ਬਿਹੋਲੀ ਆਇਆ, ਪਾਕਿਸਤਾਨ ਤੋਂ ਰਾਣਾ ਅਲੀ ਸ਼ਾਨ ਆਇਆ, ਹੋਰ ਮੁੰਡੇ ਜਾਣੀ ਕਿ ਜਿਨ੍ਹਾਂ ਦੀ ਲਿਸਟ ਬਹੁਤ ਲੰਬੀ ਆ। ਜਿਹੜੇ ਨਵੇਂ ਆਏ ਆ ਇੰਡੀਆ ਦੇ ਵਿੱਚ, ਉਹਨਾਂ ਦਾ ਪ੍ਰਦਰਸ਼ਨ ਬਹੁਤ ਗੁੱਡ ਰਿਹਾ, ਉਹਨਾਂ ਨੇ ਕਾਫੀ ਮੋਟਰਸਾਈਕਲ ਜਿੱਤੇ ਆ, ਹਰ ਰੋਜ਼ ਬੈਸਟ ਨਿਕਲਦੇ ਆ ਉਹ, ਅਤੇ ਉਹਨਾਂ ਨੂੰ ਇੱਥੋਂ ਦੀਆਂ ਕਲੱਬਾਂ ਨੇ ਸਾਈਨ ਕੀਤਾ ਅਤੇ ਇੱਥੇ ਬੁਲਾਇਆ ਉਹਨਾਂ ਨੂੰ। ਇਸ ਅਤੇ ਜੈਟ ਮੈਂ ਇਹ ਨਹੀਂ ਕਹਿ ਸਕਦਾ ਵੀ ਆਹੀ ਟੀਮ ਕੱਪ ਜਿੱਤੂ, ਕਿਉਂਕਿ ਕਮੈਂਟੇਟਰ ਜਿਹੜਾ ਹੁੰਦਾ ਉਹ ਸਭ ਦਾ ਸਾਂਝਾ ਹੁੰਦਾ। ਕਮੈਂਟੇਟਰ ਨੇ ਜੋ ਗੱਲ ਕਰਨੀ ਹੁੰਦੀ ਹੈ, ਜੋ ਗਰਾਊਂਡ ਦੇ ਵਿੱਚ ਹੋ ਰਿਹਾ ਅੱਖੀ ਡੇਠਾ ਹਾਲ ਆ, ਉਹ ਉਹਨੇ ਉਹਦੇ ਬਿਹਾਵ 'ਤੇ ਗੱਲ ਕਰਨੀ ਆ। ਇਹ ਤਾਂ ਹੁਣ ਉਹਦੇ ਕਹਿਣਗੇ ਵੀ ਗਰਾਊਂਡ ਦੇ ਵਿੱਚ ਹੀ ਪਤਾ ਲੱਗਣਾ ਵੀ ਕਿਹੜੀ ਟੀਮ ਕੱਪ ਜਿੱਤਦੀ ਆ। ਇਸ ਤੋਂ ਪਹਿਲਾਂ ਤਾਂ ਆਪਾਂ ਕਿਸੇ ਨੂੰ ਵੀ ਕਹਿ ਸਕਦੇ ਵੀ ਆਹ ਵੀ ਟੀਮ ਜਿੱਤੂ, ਆਹ ਵੀ ਟੀਮ ਜਿੱਤੂ, ਪਰ ਇਹ ਪਤਾ ਸੰਡੇ ਨੂੰ ਲੱਗਣਾ। ਹਾਂਜੀ ਹਾਂ, ਸਾਰਿਆਂ ਨੂੰ ਖੁੱਲ੍ਹਾ ਸੱਦਾ, ਸਾਰੇ ਸਟਾਰ ਪਲੇਅਰ ਜਿੱਦਾਂ ਪਹਿਲਾਂ ਭਾਅ ਜੀ ਉਹਨਾਂ ਨੇ ਦੱਸਿਆ, ਨੈਸ਼ਨਲ ਕਬੱਡੀ ਫੈਡਰੇਸ਼ਨ ਅਤੇ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ MP7 ਦੇ ਸਹਿਯੋਗ ਦੇ ਨਾਲ, ਜਿਹੜੇ ਬਹੁਤ ਸਾਰੇ ਪਲੇਅਰ ਨਵੇਂ ਅਤੇ ਪੁਰਾਣੇ ਇੱਥੇ ਆਏ ਆ, ਅਤੇ ਜਿਨ੍ਹਾਂ ਦੀ ਟੌਪ ਕਲਾਸ ਕਬੱਡੀ ਇਸ ਸਾਲ ਜਿਹੜੀ ਵੇਖਣ ਨੂੰ ਮਿਲੂਗੀ। ਹਰ ਮੈਚ ਹੀ ਬੈਸਟ ਹੋਣਾ, ਅਤੇ ਆਇਓ ਫਿਰ ਇਹ ਸੰਡੇ, ਯੰਗ ਇੰਟਰਨੈਸ਼ਨਲ ਕਬੱਡੀ ਕਲੱਬ ਦਾ ਟੂਰਨਾਮੈਂਟ ਆ, ਸਰੀ ਬੈਲ ਸੈਂਟਰ।